ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਨੇ ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫਰੇ ਦੇ ਨਾਲ ਇੱਕ ਟੀਵੀ ਮੁਲਾਕਾਤ ਵਿੱਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਕਈ ਰਾਜਾਂ ਤੋਂ ਪਰਦਾ ਚੁੱਕਿਆ ਹੈ। ਮਾਰਕਲ ਨੇ ਕਿਹਾ ਕਿ ਜਾਣਬੁੱਝ ਕੇ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਗਨ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ 'ਤੇ ਦੋਸ਼ ਲਗਾਇਆ ਕਿ ਉਹਨਾਂ ਦੇ ਬੇਟੇ ਆਰਚੀ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਸੰਭਾਵਿਤ ਰੰਗ ਨੂੰ ਲੈ ਕੇ ਵੀ ਸ਼ਾਹੀ ਪਰਿਵਾਰ ਚਿੰਤਤ ਸੀ। ਅਮਰੀਕੀ ਮੇਗਨ ਮਾਰਕਲ ਮੁਤਾਬਕ ਉਹਨਾਂ ਦੇ ਪਤੀ ਪ੍ਰਿੰਸ ਹੈਰੀ ਨੇ ਆਰਚੀ ਦੀ ਚਮੜੀ ਦੇ ਰੰਗ ਸੰਬੰਧੀ ਆਪਣੇ ਪਰਿਵਾਰ ਦੀਆਂ ਚਿੰਤਾਵਾਂ ਦੇ ਬਾਰੇ ਦੱਸਿਆ ਸੀ। ਸ਼ਹਿਜ਼ਾਦੇ ਹੈਰੀ ਦੀ ਪਤਨੀ ਅਤੇ ਹਾਲੀਵੁੱਡ ਅਦਾਕਾਰ ਮੇਗਨ ਮਾਰਕਲ ਨੇ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਨਸਲਵਾਦ, ਝੂਠ ਬੋਲਣ ਅਤੇ ਉਸਨੂੰ ਖੁਦਕੁਸ਼ੀ ਦੀ ਕਗਾਰ 'ਤੇ ਧੱਕਣ ਜਿਹੇ ਸੰਗੀਨ ਦੋਸ਼ ਲਗਾਏ ਨੇ। ਮਾਰਕਲ ਨੇ ਆਪਣੇ ਸਾਰਾ ਪਰਿਵਾਰ 'ਤੇ ਇਹ ਸਾਰੇ ਦੋਸ਼ ਓਪਰਾ ਵਿਨਫਰੇ ਨੂੰ ਦਿੱਤੀ ਇੰਟਰਵਿਊ ਦੇ ਦੌਰਾਨ ਲਾਏ ਨੇ। ਮਾਰਕਲ ਦੀ ਮਾਂ ਸਿਆਫਾਮ ਦੇ ਪਿਤਾ ਗੋਰੀ ਚਮੜੀ ਦੇ ਹਨ। ਨੂੰਹ ਵੱਲੋਂ ਲਾਏ ਗਏ ਇਹਨਾਂ ਦੋਸ਼ਾਂ ਦੇ ਮਗਰੋਂ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ। ਇਸ ਦੌਰਾਨ ਹੈਰੀ ਅਤੇ ਮੇਗਨ ਨੇ ਖੁਲਾਸਾ ਕੀਤਾ ਕਿ ਉਹਨਾਂ ਦੀ ਦੂਜੀ ਔਲਾਦ ਬੇਟੀ ਹੋਵੇਗੀ। ਆਵਾਜ਼ਕਮ ਟੀਵੀ ਲਈ ਲੰਡਨ ਤੋਂ ਮਨਪ੍ਰੀਤ ਸਿੰਘ ਬਦਨੀ ਕਲਾਂ ਦੀ ਰਿਪੋਰਟ। ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਨੇ ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫਰੇ ਦੇ ਨਾਲ ਇੱਕ ਟੀਵੀ ਮੁਲਾਕਾਤ ਵਿੱਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਕਈ ਰਾਜਾਂ ਤੋਂ ਪਰਦਾ ਚੁੱਕਿਆ ਹੈ। ਮਾਰਕਲ ਨੇ ਕਿਹਾ ਕਿ ਜਾਣਬੁੱਝ ਕੇ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਗਨ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ 'ਤੇ ਦੋਸ਼ ਲਗਾਇਆ ਕਿ ਉਹਨਾਂ ਦੇ ਬੇਟੇ ਆਰਚੀ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਸੰਭਾਵਿਤ ਰੰਗ ਨੂੰ ਲੈ ਕੇ ਵੀ ਸ਼ਾਹੀ ਪਰਿਵਾਰ ਚਿੰਤਤ ਸੀ। ਅਮਰੀਕੀ ਮੇਗਨ ਮਾਰਕਲ ਮੁਤਾਬਕ ਉਹਨਾਂ ਦੇ ਪਤੀ ਪ੍ਰਿੰਸ ਹੈਰੀ ਨੇ ਆਰਚੀ ਦੀ ਚਮੜੀ ਦੇ ਰੰਗ ਸੰਬੰਧੀ ਆਪਣੇ ਪਰਿਵਾਰ ਦੀਆਂ ਚਿੰਤਾਵਾਂ ਦੇ ਬਾਰੇ ਦੱਸਿਆ ਸੀ। ਸ਼ਹਿਜ਼ਾਦੇ ਹੈਰੀ ਦੀ ਪਤਨੀ ਅਤੇ ਹਾਲੀਵੁੱਡ ਅਦਾਕਾਰ ਮੇਗਨ ਮਾਰਕਲ ਨੇ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਨਸਲਵਾਦ, ਝੂਠ ਬੋਲਣ ਅਤੇ ਉਸਨੂੰ ਖੁਦਕੁਸ਼ੀ ਦੀ ਕਗਾਰ 'ਤੇ ਧੱਕਣ ਜਿਹੇ ਸੰਗੀਨ ਦੋਸ਼ ਲਗਾਏ ਨੇ। ਮਾਰਕਲ ਨੇ ਆਪਣੇ ਸਾਰਾ ਪਰਿਵਾਰ 'ਤੇ ਇਹ ਸਾਰੇ ਦੋਸ਼ ਓਪਰਾ ਵਿਨਫਰੇ ਨੂੰ ਦਿੱਤੀ ਇੰਟਰਵਿਊ ਦੇ ਦੌਰਾਨ ਲਾਏ ਨੇ। ਮਾਰਕਲ ਦੀ ਮਾਂ ਸਿਆਫਾਮ ਦੇ ਪਿਤਾ ਗੋਰੀ ਚਮੜੀ ਦੇ ਹਨ। ਨੂੰਹ ਵੱਲੋਂ ਲਾਏ ਗਏ ਇਹਨਾਂ ਦੋਸ਼ਾਂ ਦੇ ਮਗਰੋਂ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ। ਇਸ ਦੌਰਾਨ ਹੈਰੀ ਅਤੇ ਮੇਗਨ ਨੇ ਖੁਲਾਸਾ ਕੀਤਾ ਕਿ ਉਹਨਾਂ ਦੀ ਦੂਜੀ ਔਲਾਦ ਬੇਟੀ ਹੋਵੇਗੀ। ਆਵਾਜ਼ਕਮ ਟੀਵੀ ਲਈ ਲੰਡਨ ਤੋਂ ਮਨਪ੍ਰੀਤ ਸਿੰਘ ਬਦਨੀ ਕਲਾਂ ਦੀ ਰਿਪੋਰਟ।